ਸ਼ੁਭਕਾਮਨਾਵਾਂ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ এনवायरमेंट ਇਸ਼ੂ ਦੇ ਰਿਗਾਰਡਿੰਗ ਇਹ ਆਪਣੀ ਸੈਕਿੰਡ ਕਲਾਸ ਹੈ ਇਸ ਤੋਂ ਪਹਿਲਾਂ ਇੱਕ ਕਲਾਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਜੇ ਉਹ ਕਲਾਸ ਤੁਸੀਂ ਨਹੀਂ ਵਿਜ਼ਿਟ ਕੀਤੀ ਤਾਂ ਇਸ ਵੀਡੀਓ ਦੇ ਐਂਡ ਸਕਰੀਨ ਤੇ ਮੈਂ ਉਸ ਕਲਾਸ ਦਾ ਲਿੰਕ ਦੇ ਦੇਗਾ ਉਹ ਵੀ ਜਾ ਕੇ ਜੁੜ ਵਿਜ਼ਿਟ ਕਰ ਲਿਓ ਤੇ ਇਹ ਕੁਐਸਚਨ ਡਾਇਰੈਕਟ ਐਗਜ਼ਾਮ ਔਰੀਐਂਟਡ ਕੁਐਸਚਨ ਹੈ ਐਗਜ਼ਾਮ ਵਿੱਚ ਇਸ ਟਾਈਪ ਦੇ ਕੁਐਸਚਨ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਕਰਕੇ ਲਾਈਟਰਲੀ ਨਾ ਲਿਓ ਵੀਡੀਓ ਨੂੰ ਪੂਰਾ ਦੇਖੋ ਤੇ ਰਾਈਟ ਡਾਊਨ ਜ਼ਰੂਰ ਕਰ ਲਓ ਠੀਕ ਹੈ ਤੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਕੁਐਸਚਨ ਨੰਬਰ ਕਵੈਸਚਨ ਨੰਬਰ 1 ਮਾਰੂਥਲ نیشنل پارک ਐਕਚੁਅਲੀ ਇਹ ਮਾਰੂਥਲ ਨੀਅਰ ਡੇਜ਼ਰਟ نیشنل پارک ਹੈ ਠੀਕ ਹੈ ਇਹ ਕਿਹੜੇ ਰਾਜ ਵਿੱਚ ਸਥਿਤ ਹੈ ਡੇਜ਼ਰਟ نیشنل پارک ਕਿੱਥੇ ਸਥਿਤ ਹੈ ਦੋਸਤੋ ਆਪਸ਼ਨ ਤੁਹਾਡੇ ਸਾਹਮਣੇ ਨੇ ਜੇ ਤੁਹਾਨੂੰ ਸਵਾਲ ਦਾ ਜਵਾਬ ਪਤਾ ਹੈ ਤਾਂ ਫਟਾਫਟ ਕਮੈਂਟ ਜ਼ਰੂਰ ਕਰਦੇ ਰਹਿਓ ਤੇ ਆਪਸ਼ਨ ਨੰਬਰ ਏ ਗੁਜਰਾਤ ਬੀ ਹਰਿਆਣਾ ਸੀ ਰਾਜਸਥਾਨ ਤੇ ਡੀ ਅਸਾਮ ਤਾਂ ਇਸ ਦਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਰਾਜਸਥਾਨ ਵਿੱਚ ਹੈ ਡੇਜ਼ਰਟ نیشنل پارک ਓਕੇ ਵੈਰੀ ਇੰਪੋਰਟੈਂਟ ਹੈ ਜੀਕੇ ਵਿੱਚ ਇਹ ਕੁਐਸਚਨ ਆ ਸਕਦਾ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਇਹ ਟ੍ਰਿਕ ਹੈ ਕਥਨਾ ਤੇ ਵਿਚਾਰ ਕਰੋ ਨੰਬਰ 1 ਹੈ ਜੰਗਲੀ ਜੀਵ ਦੀ ਪਨਾਹਗਾਹ ਦਾ ਐਲਾਨ ਕੇਵਲ ਰਾਜ ਸਰਕਾਰਾਂ ਹੀ ਕਰ ਸਕਦੀਆਂ ਨੇ ਨੰਬਰ 2 ਹੈ ਰੈਸ਼ਟਰੀ ਪਾਰਕ ਕੇਵਲ ਕੇਂਦਰ ਸਰਕਾਰ ਦੁਆਰਾ ਹੀ ਕੋਸ਼ਿਸ਼ ਕੀਤਾ ਜਾ ਸਕਦਾ ਹੈ ਠੀਕ ਹੈ ਇਹਨਾਂ ਵਿੱਚੋਂ ਕਿਹੜੇ ਸਹੀ ਨੇ ਤਾਂ ਇਹਨਾਂ ਦਾ ਜਿਹੜਾ ਆਨਸਰ ਹੋਗਾ ਇਸ ਵਿੱਚ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਐ ਨਾਤਾ 1 ਤੇ ਨਹੀਂ 2 ਦੋਨੋਂ ਹੀ ਗਲਤ ਜਿਹੜੇ ਇਹ ਵਿਚਾਰ ਨੇ ਜਾਂ ਕਥਨ ਨੇ ਕਿਉਂ ਨੇ ਇਹ ਨੋਟ ਕਰੋ ਜੰਗਲੀ ਜੀਵ ਜੰਗਲੀ ਜੀਵ ਦੀ ਪਨਾਹਗਾ ਨੂੰ ਰਾਜ ਸਰਕਾਰ ਦੁਆਰਾ ਇੱਕ ਨੋਟੀਫਿਕੇਸ਼ਨ ਰਾਹੀਂ ਪ੍ਰਵਸਤ ਕੀਤਾ ਜਾ ਸਕਦਾ ਹੈ ਜੰਗਲੀ ਜੀਵਾਂ ਦੀ ਪਨਾਹਗਾ ਕੋਸ਼ਿਸ਼ ਕਰਨ ਲਈ ਰਾਜ ਵਿਧਾਨ ਸਭਾ ਠੀਕ ਹੈ ਇਹ ਪੁਆਇੰਟ ਨੋਟ ਕਰੋ ਰਾਜ ਵਿਧਾਨ ਸਭਾ ਦੁਆਰਾ ਕੋਈ ਕਾਨੂੰਨ ਜਾਂ ਐਕਟ ਪਾਸ ਕਰਨ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਸਿਮਾ ਦਾ ਨਿਧਾਰਨ ਅਤੇ ਤਬਦੀਲੀ ਰਾਜ ਵਿਧਾਨ ਸਭਾ ਦੁਆਰਾ ਮਤੇ ਰਹੀ ਹੀ ਕੀਤੀ ਜਾ ਸਕਦੀ ਹੈ ਬਸ ਇੰਨਾ ਜਿਹਾ ਕੁਐਸਚਨ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ 10 ਦੀ ਗੱਲ ਕਰੀਏ ਪਰਬਿੰਕ ਕੁਲਮ ਵਾਈਲਡਲਾਈਫ ਸੈਂਚਰੀ ਕਿੱਥੇ ਸਥਿਤ ਹੈ ਠੀਕ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਕੇਰਲ ਕਰਨਾਟਕ ਤਾਮਿਲਨਾਡੂ ਜਾਂ ਆਂਧਰਾ ਪ੍ਰਦੇਸ਼ ਅੱਜ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਕੇਰਲ ਵਿੱਚ ਹੈ ਪਰਬਿੰਕ ਕੁਲਮ ਵਾਈਲਡਲਾਈਫ ਸੈਂਚਰੀ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਧਰਤੀ ਦਾ ਕੁਲ ਭੂਮੀ ਖੇਤਰ ਤਾਂ ਕਿੰਨਾ ਹਿੱਸਾ ਜੰਗਲਾਂ ਦੁਆਰਾ ਕਵਰ ਕੀਤਾ ਹੋਇਆ ਹੈ ਮਤਲਬ ਕਿ ਧਰਤੀ ਦੇ ਕੁੱਲ ਕਿੰਨੇ ਪਰਸੈਂਟ ਏਰੀਆ ਹੈ ਜਿਹੜਾ ਉਹ ਜੰਗਲਾਂ ਨੇ ਕਵਰ ਕੀਤਾ ਹੋਇਆ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ 31% ਹੈ ਜਿਹੜਾ ਕਿ ਜੰਗਲੀ ਏਰੀਆ ਹੈ ਆਪਣੀ ਆਲ ਵਰਲਡ ਤੇ ਠੀਕ ਹੈ ਐਂਡ ਦੋਸਤੋ ਅੱਗੇ ਚਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਲਈ ਜੇ ਤੁਸੀਂ ਕੰਪਿਊਟਰ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਜਿਸ ਦਾ ਪ੍ਰਾਈਸ ਸਿਰਫ 44 ਰੁਪਏ ਹੈ ਤਾਂ ਇਹ ਹੀ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਇ ਕਰ ਸਕਦੇ ਹੋ ਕਾਫੀ ਕੈਂਡੀਡੇਟਸ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਇ ਕਰ ਲਈ ਹੈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਪੀਡੀਐਫ ਫਾਈਲ ਜ਼ਰੂਰ ਬਾਇ ਕਰਨਾ ਹੁਣ ਕੁਐਸਚਨ ਨੰਬਰ 5 ਦੀ ਗੱਲ ਕਰੀਏ ਬੋਲੀਵਰ ਰਿਡਲੇ ਸਮੁੰਦਰੀ ਕਛੂ ਕਛੂ ਹੈ ਓਲਿਡ ਰਿਡਲਨ ਦੀ ਨਸਲ ਦੇ ਕਛੂ ਨੇ ਇਹਨਾਂ ਵਾਸਤੇ ਕਿਹੜੇ ਕਥਨ ਸਹੀ ਨੇ ਇਹ ਸੰਸਾਰ ਵਿੱਚ ਸਭ ਤੋਂ ਵੱਧ ਭਰਪੂਰ ਸਮੁੰਦਰੀ ਕਛੂ ਹੈ ਠੀਕ ਹੈ ਇਸ ਤੋਂ ਇਲਾਵਾ 2 ਨੰਬਰ ਪੁਆਇੰਟ ਇਹ ਪ੍ਰਸ਼ਾਂਤ ਮਹਾਸਾਗਰ ਦੇ ਤੱਪਤ ਖੰਡੀ ਖੇਤਰਾਂ ਵਿੱਚ ਇਹ ਫੈਲੀ ਹੋਈ ਹੈ ਠੀਕ ਹੈ ਇੱਕੋ ਇੱਕ ਸਮੁੰਦਰੀ ਕਛੂ ਗੁੰਮੇ ਦੀ ਪ੍ਰਜਾਤੀ ਹੈ ਜੋ ਕਿ ਸਮਕਾਲੀ ਪੁੰਜ ਦੇ ਆਲਣੇ ਨੂੰ ਪ੍ਰਦਰਸ਼ਿਤ ਕਰਦਾ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਖਤਮ ਇਸ ਦੇ ਰਿਗਾਰਡਿੰਗ ਸਹੀ ਹੈ ਤਾਂ ਇਸ ਦੇ ਰਿਗਾਰਡਿੰਗ ਆਪਸ਼ਨ ਨੰਬਰ ਸੀ ਕੇਵਲ 1 ਤੇ 3 ਜਿਹੜਾ ਪੁਆਇੰਟ ਨੇ ਇਹ 1 ਨੰਬਰ ਪੁਆਇੰਟ ਤੇ 3 ਨੰਬਰ ਪੁਆਇੰਟ ਤਾਂ 올ਿਵ ਰਿਡਲਿਸ ਸਮੁੰਦਰੀ ਕੱਚੂ ਗੁੰਮੇ ਦੇ ਨਾਲ ਰਿਲੇਟਡ ਤਾਂ ਇਸ ਦਾ ਰਾਈਟ ਆਨਸਰ ਕਿਹੜਾ ਹੋਵੇਗਾ 옵ਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੋ ਜਾਵੇ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਸਭ ਤੋਂ ਵੱਧ ਜੈਵਿਕ ਆਕਸੀਜਨ ਦੀ ਮੰਗ ਦੀ ਉਮੀਦ ਕੀਤੀ ਜਾ ਸਕਦੀ ਹੈ ਸਭ ਤੋਂ ਜ਼ਿਆਦਾ ਜੈਵਿਕ ਆਕਸੀਜਨ ਦੀ ਮੰਗ ਠੀਕ ਹੈ ਕਿਹਦੇ ਤੋਂ ਕੀਤੀ ਜਾ ਸਕਦੀ ਹੈ ਤਾਂ 옵ਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਬਿਨਾ ਇਲਾਜ ਦਿੱਤੇ ਮਿਊਨਸੀਪਲ ਦਾ ਗੰਦਾ ਪਾਣੀ ਠੀਕ ਹੈ ਇਸ ਦਾ ਇਸ ਤੋਂ ਕੀ ਹੈ ਜੈਵਿਕ ਆਕਸੀਜਨ ਦਾ ਨਿਰਮਾਣ ਕੀਤਾ ਜਾ ਸਕਦਾ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ ਬਾਤਾਂ ਦੇ ਅਧਿਐਨ ਦੇ ਸੰਬੰਧੀ ਸੰਬੰਧ ਵਿੱਚ ਇਹਨਾਂ ਵਿੱਚੋਂ ਕਿਹੜੀ ਅਖੋਤੀ ਵਰਚੁਅਲ ਵਾਟਰ ਨੂੰ ਸਹੀ ਢੰਗ ਨਾਲ ਪ੍ਰਵਾਹਿਤ ਕਰਦਾ ਹੈ ਆਪਸ਼ਨ ਨੰਬਰ A ਪਾਣੀ ਦੀ ਉਹ ਮਾਤਰਾ ਜੋ ਭੋਜਨ ਜਾਂ ਇਸ ਦੇ ਉਤਪਾਦਨ ਲਈ ਲੋੜੀ ਦੇ ਹੋਰ ਉਤਪਾਦਨ ਵਿੱਚ ਸ਼ਾਮਿਲ ਹੁੰਦੀ ਹੈ ਜਾਂ ਆਪਸ਼ਨ ਨੰਬਰ B ਕਿਸੇ ਵਿਅਕਤੀ ਦੁਆਰਾ ਖਪਤ ਕੀਤੀ ਜਾਂਦੀਆਂ ਚੀਜ਼ਾਂ ਅਤੇ ਸੇਵਾਵਾਂ ਦੇ ਉਤਪਾਦਨ ਲਈ ਵਰਤੇ ਜਾਂਦੇ ਪਾਣੀ ਦੀ ਜੋੜ ਆਪਸ਼ਨ ਨੰਬਰ ਸੀ ਕਿਸੇ ਵਿਅਕਤੀ ਦੁਆਰਾ 24 ਘੰਟੇ ਵਿੱਚ ਆਪਣੀ ਸੰਪੂਰਨ ਕਿਰਿਆਵਾਂ ਲਈ ਵਰਤੇ ਗਏ ਕੁੱਲ ਪਾਣੀ ਦੀ ਮਾਤਰਾ ਆਪਸ਼ਨ ਨੰਬਰ ਡੀ ਅਸ਼ੁੱਧ ਪਾਣੀ ਦਾ ਕੁੱਲ ਜੋੜ ਜਿਸ ਨੂੰ ਪੀਣ ਦੇ ਮਕਸਦ ਵਿੱਚ ਇਸ ਦੀ ਵਰਤੋਂ ਲਈ ਸ਼ੁੱਧ ਪਾਣੀ ਨਾਲ ਰੀਸਾਈਕਲ ਕੀਤਾ ਜਾ ਸਕਦਾ ਹੈ ਤਾਂ ਇਹਨਾਂ ਚਾਰੋਂ ਵਿੱਚੋਂ ਇਸ ਦਾ ਰਾਈਟ ਆਨਸਰ ਕਿਹੜਾ ਹੈ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਪਾਣੀ ਦਾ ਪਾਣੀ ਦੀ ਉਹ ਮਾਤਰਾ ਜੋ ਭੋਜਨ ਅਤੇ ਇਸ ਦੇ ਉਤਪਾਦਨ ਲਈ ਲੋੜੀਦਾ ਹੈ ਹੋਰ ਉਤਪਾਦਨਾਂ ਵਿੱਚ ਸ਼ਾਮਿਲ ਕੀਤੀ ਜਾ ਸਕਦੀ ਹੈ ਤਾਂ ਇਹ ਇਸ ਦਾ ਰਾਈਟ ਆਨਸਰ ਜਿਸ ਨੂੰ ਆਪਾਂ ਵਰਚੁਅਲ ਵਾਟਰ ਦੇ ਆਪਾਂ ਤੰਗ ਨਾਲ ਵੀ ਪ੍ਰਵਾਸ਼ਿਤ ਕਰ ਸਕਦੇ ਹਾਂ ਠੀਕ ਹੈ ਕੁਐਸਚਨ ਨੰਬਰ 8 ਦੀ ਗੱਲ ਕਰੀਏ ਫੋਟੋਕੈਮੀਕਲ ਧੁੰਦ ਠੀਕ ਹੈ ਫੋਟੋਕੈਮੀਕਲ স্মੋਗ ਵੀ ਇਸ ਨੂੰ ਕਹਿ ਦਿੰਦੇ ਨੇ ਐਗਜ਼ਾਮ ਵਿੱਚ স্মੋਗ ਵੀ ਦੇਖਣ ਨੂੰ ਮਿਲਦਾ ਹੈ ਜਾਂ ਫੋਟੋਕੈਮੀਕਲ ਧੁੰਦ ਵੀ ਦੇਖਣ ਨੂੰ ਮਿਲਦੀ ਹੈ ਕੁਐਸਚਨ ਵਿੱਚ ਤੇ ਆ ਤਾਂ ਇਹਨਾਂ ਵਿੱਚੋਂ ਕਿਹੜੀ ਉਦਾਹਰਣ ਸਹੀ ਹੈ ਇਸ ਲਈ ਆਪਸ਼ਨ ਨੰਬਰ ਇਹ ਸੈਕੰਡਰੀ ਪ੍ਰਦੂਸ਼ਕ ਦੇ ਕਿ ਕਿਸਮੇ ਆਪਸ਼ਨ ਨੰਬਰ ਬਈ ਆਪਸ਼ਨ ਨੰਬਰ 2 ਗ੍ਰੀਨ ਹਾਊਸ ਗੈਸ ਦਾ ਰੂਪ ਹੈ ਠੀਕ ਹੈ ਆਪਸ਼ਨ ਨੰਬਰ 3 ਓਜ਼ੋਨ ਨੂੰ ਇੱਕ ਜ਼ਰੂਰੀ ਅੰਗ ਦੇ ਰੂਪ ਵਿੱਚ ਸ਼ਾਮਿਲ ਕਰਦਾ ਸਹੀ ਜਿਹੜਾ ਰਾਈਟ ਆਨਸਰ ਹੋਗਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਇੱਕ ਅਤੇ ਦੋ ਦੋਵੇਂ ਕਥਨ ਇਸ ਵਾਸਤੇ ਸਹੀ ਠੀਕ ਹੈ ਕੁਐਸਚਨ ਨੰਬਰ 9 ਦੀ ਗੱਲ ਕਰੀਏ ਵੈਟਲੈਂਡ ਇਕੋਸਿਸਟਮ ਬਾਰੇ ਇਹਨਾਂ ਵਿੱਚੋਂ ਕਿਹੜੀ ਗੱਲ ਸਹੀ ਹੈ ਵੈਟਲੈਂਡ ਇਕੋਸਿਸਟਮ ਬਾਰੇ ਇੰਨਾ ਵਿੱਚੋਂ ਕਿਹੜੀ ਗੱਲ ਸਹੀ ਹੈ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਦੋਨੇ A ਅਤੇ B ਇਸ ਨੂੰ ਯੂਟ੍ਰੋਫੀਕਸ਼ਨ ਦੁਆਰਾ ਦਰਸਾਇਆ ਗਿਆ ਹੈ ਵੈਟਲੈਂਡ ਵਿੱਚ ਯੂਟ੍ਰੋਫੀਕਸ਼ਨ ਦਾ ਸਿੱਟਾ ਹਾਨੀਕਾਰਕ ਐਲਗਨ ਦੇ ਖਿਹੜਨ ਦੇ ਰੂਪ ਵਿੱਚ ਨਿਕਲਦਾ ਹੈ ਤਾਂ ਦੋਨੋਂ ਯਾਨੀ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਭਾਰਤ ਦੇ ਇੰਨਾ ਵਿੱਚੋਂ ਕਿਹੜੇ ਰਾਜਾਂ ਵਿੱਚੋਂ ਜੰਗਲੀ ਪਾਣੀ ਦੀ ਮੱਝ ਦੇਖਣ ਨੂੰ ਮਿਲਦੀ ਹੈ ਦੇਖੋ ਜੰਗਲੀ ਪਾਣੀ ਦੀ ਮੱਝ ਜੋ ਜੰਗਲੀ ਪਾਣੀ ਵਿੱਚ ਰਹਿੰਦੇ ਨਾ ਮੱਝ ਇਹ ਕਿਹੜੇ ਏਰੀਆ ਵਿੱਚ ਦੇਖਣ ਨੂੰ ਮਿਲਦੀ ਆ ਸਭ ਤੋਂ ਜ਼ਿਆਦਾ ਇਹ ਅਸਾਮ ਵਿੱਚ ਦੇਖਣ ਨੂੰ ਮਿਲਦੀ ਆ ਤਾਂ ਇਸ ਦਾ ਰਾਈਟ ਆਨਸਰ অপਸ਼ਨ ਨੰਬਰ ਸੀ ਅਸਾਮ ਕੁਐਸਚਨ ਨੰਬਰ 11 ਦੀ ਗੱਲ ਕਰੀਏ ਅੱਜ ਕੱਲ੍ਹ ਸ਼ਹਿਰ ਵਿੱਚ ਲੀਡ ਪ੍ਰਦੂਸ਼ਣ ਦੀ ਨਿਗਰਾਨੀ ਕਰਨ ਲਈ ਇਹਨਾਂ ਵਿੱਚੋਂ ਕਿਹੜੇ ਜੀਵ ਜੰਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ ਲੀਡ ਪ੍ਰਦੂਸ਼ਣ ਲੀਡ ਦੇ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਉਸ ਨੂੰ ਸਾਮਸਵਾਲ ਕਰਨ ਵਾਸਤੇ ਕਿਹੜੇ ਜੀਵ ਜੰਤੂ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਆਪਸ਼ਨ ਨੰਬਰ ਬੀ ਕਬੂਤਰ ਦੀ ਠੀਕ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਕਬੂਤਰ ਇਸ ਦਾ ਰਾਈਟ ਆਨਸਰ ਹੋਵੇਗਾ ਕੁਐਸਚਨ ਨੰਬਰ 12 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਸ ਕਿਸਮ ਦੇ ਪ੍ਰਦੂਸ਼ਣ ਨੂੰ ਮਾਪਣ ਲਈ ਐਲ ਇਕੂ ਦਾ ਚਿੰਨ ਯੂਜ਼ ਕੀਤਾ ਜਾਂਦਾ ਹੈ ਸੋ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਸੋਰ ਪ੍ਰਦੂਸ਼ਣ ਵਾਸਤੇ ਐਲ ਇਕੂ ਦਾ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਓਕੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਲਿਓਪਾਰਡ ਗਿਲ ਪਹਾੜ ਕਿਹੜੇ ਰਾਜ ਵਿੱਚ ਰਾਜੀਪਹਾੜੀ ਚੋਟੀ ਹੈ ਲਿਓ ਪਾਰਗਿਲ ਪਰਬਤ ਕਿਹੜੇ ਰਾਜ ਦੀ ਪਹਾੜੀ ਚੋਟੀ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ ਸੀ ਮੱਧ ਪ੍ਰਦੇਸ਼ ਇਜ਼ ਦਾ ਰਾਈਟ ਆਨਸਰ ਆ ਕੁਐਸਚਨ ਨੰਬਰ 14 ਦੀ ਗੱਲ ਕਰੀਏ ਇਨ੍ਹਾਂ ਵਿੱਚੋਂ ਕਿਸ ਕਿਸਮ ਦੇ ਜੰਗਲ ਵਿੱਚ ਐਫੀਫਾਈਟਸ ਆਮ ਹਨ ਐਪੀਫਾਈਟਸ ਪੌਦਿਆਂ ਦੀ ਪ੍ਰਣਾਲੀ ਹੈ ਇੱਕ ਠੀਕ ਹੈ ਮਤਲਬ ਇਹ ਪ੍ਰਜਾਤੀ ਹੈ ਇਹ ਪੌਦਿਆਂ ਦੀ ਤਾਂ ਕਿਸ ਕਿਸਮ ਦੇ ਜੰਗਲਾਂ ਵਿੱਚ ਆਮ ਮਿਲਦੇ ਨੇ ਇਸ ਦਾ ਰਾਈਟ ਆਨਸਰ ਹੋਵੇਗਾ অপশন নাম্বার সি সব উসণ কটিবندی বরখা জঙ্গল وچ ঠিক ਹੈ এবি یاد رکھو एग्जाम دے পয়েন্ট অফ ویو ਨਾਲ کافی ইম্পর্ট্যান্ট एग्जाम وچ بہتবার কোশ্চেন ਇਹ রিপিট হো چکا क्वेश्चन नंबर 15 دی گل کریے শ্রী వెంకটেশ্বর জুওলজিক্যাল পার্ক انہاں وچوں ਕਿਹੜੇ রাজ্য وچ স্থিতা ইস ਦਾ রাইট आंसर है आंध्र प्रदेश وچ వెంটেক মন্দির وی ہے শ্রী వెంకটেশ্বর মন্দির وی ہے ঠিক ਹੈ تے জুওলজিক্যাল পার্ক وی ہے क्वेश्चन नंबर 16 دی گل کریے কাটহল ਇਸ ਨੂੰ ਆਪਾ ਜੈਕ ਫਰੂਟ ਦੇ ਨਾਮ ਨਾਲ ਜਾਣਦੇ ਆ ਇਹਨਾਂ ਵਿੱਚੋਂ ਕਿਹੜੇ ਜੰਗਲਾਂ ਵਿੱਚ ਆਮ ਤੌਰ ਤੇ ਇਹ ਪਾਇਆ ਜਾਂਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ অপਸ਼ਨ ਨੰਬਰ ਡੀ ਟ੍ਰੋਪੀਕਲ ਗਿੱਲੇ ਸਦਾਵਾਰ ਜੰਗਲ ਠੀਕ ਹੈ ਕੁਐਸਚਨ ਨੰਬਰ 17 ਦੀ ਗੱਲ ਕਰੀਏ ਭਾਰਤ ਦੇ ਕਿਹੜੇ ਸਾਲ ਵਿੱਚ RAMSAR ਕਨਵੈਨਸ਼ਨ ਲਈ ਇਕਰਾਰਨਾਮਾ ਕਰਨ ਵਾਲੀ ਠੀਰ ਬਣ ਗਈ ਸੀ ਤਾਂ ਕਿਹੜੇ ਸਾਲ ਵਿੱਚ RAMSAR ਕਨਵੈਨਸ਼ਨ ਤੇ ਸਿਗਨੇਚਰ ਕੀਤੇ ਸੀ ਭਾਰਤ ਨੇ অপਸ਼ਨ ਨੰਬਰ ਸੀ 1981 ਇਸ ਦਾ ਰਾਈਟ ਆਨਸਰ ਹੈ ਠੀਕ ਹੈ ओके okay, दोस्तों वीडियो ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਨੈਕਸਟ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਕਿਹੜੇ ਟੌਪਿਕ ਤੇ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਉਸ ਟੌਪਿਕ ਦੇ ਰਿਗਾਰਡਿੰਗ ਹੀ ਇੰਪੋਰਟੈਂਟ ਕੁਐਸਚਨਰ ਦੀ ਪੀਡੀਐਫ ਫਾਈਲ ਜ਼ਰੂਰ ਬਾਈ ਕਰਾ ਦੇਵਾਂਗਾ